ਉਵੇਂ ਬੈਕ ਹੋ ਜਾਂਦਾ ਠੀਕ ਹੈ ਇੱਕ ਦੇ ਨਾਲ ਚੇਂਜਰ ਲੱਗਿਆ ਜੀ ਚੇਂਜਰ ਉਹ ਹਰੇਕ ਗੇਅਰ ਚ ਜਦੋਂ ਆਪਾਂ ਤੁਰੇ ਜਾਂਦੇ ਨੂੰ ਭਾਵੇਂ ਸਲੋ ਕਰ ਲਓ ਤੁਰੇ ਜਾਂਦੇ ਨੂੰ ਭਾਵੇਂ ਹਾਈ ਕਰ ਲਓ ਮਤਲਬ ਕੰਬਾਈਨ ਵਾਲਾ ਸਿਸਟਮ ਹੈ ਕੰਬਾਈਨ ਵਾਲਾ ਸਿਸਟਮ ਹੈ ਕਿਆ ਹਾਂਜੀ ਆ ਇਹਦਾ ਲਿਫਟ ਪੰਪ ਦਾ ਗੇਅਰ ਠੀਕ ਹੈ ਜੇ ਨੂੰ ਜੇ ਬੰਦ ਕਰਨੇ ਲਿਫਟ ਪੰਪ ਫਿਰ ਵੀ ਚੱਲਦਾ ਨਹੀਂ ਤਾਂ ਉਹ ਵੀ ਬੰਦ ਹੋ ਜਾਂਦਾ ਇਹ ਲੈਂਕ ਪਈ ਹੈ ਅੱਗੇ ਪਿੱਛੇ ਵੀ ਹੋ ਜਾਂਦੀਆਂ ਜੀ ਅੱਛਾ ਐ ਐਡਜਸਟਿਵ ਹੈ ਹਾਂ ਬਹੁਤ ਐਡਜਸਟਿਵ ਤੇ ਅੱਜ ਦੇ 45 ਹਸ ਪਾਵਰ ਟਰੈਕਟਰ ਹੈ ਜੀ ਹਾਂਜੀ ਜਿਵੇਂ 855 ਉਹਦੇ ਨਾਲੋਂ ਖਚਾਈ ਜ਼ਿਆਦਾ ਹੈ ਦੀ ਜ਼ਿਆਦਾ ਹੈ 84 ਮਾਡਲ ਹੈ ਇਹ ਵੀ ਆਪਣਾ ਨੀਲੇ ਢੱਡ ਵਾਲਾ ਬੋਲ ਦਿੰਦੇ ਆ 363 ਉਹਦੀ ਲੈਫਟ ਲੱਗੀ ਹੋਈ ਹੈ ਜੀ ਹਾਲੈਂਡ ਦੀ 53 ਇਹ ਵੀ ਇੰਗਲੈਂਡ ਦਾ ਟਰੈਕਟਰ ਹੈ ਇੰਗਲੈਂਡ ਦਾ ਹੈ ਬ੍ਰਿਟੇਨ ਇੰਗਲੈਂਡ ਇਹ ਆਪਣੇ ਇੰਡੀਆ 'ਚ ਹਾਈ ਦੋ ਠੀਕ ਹੈ ਇੱਕ ਤੁਹਾਡੇ ਕੋਲੇ ਹੈ ਜੀ ਹਾਂ ਤੇ ਇੱਕ ਯੂਪੀ ਜਾਵੜਾ ਇੱਕ ਯੂਪੀ ਜਾ ਹਾਂ ਕੀ ਬਾਤ ਹੈ ਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਰਿਸਪੈਕਟ ਫਾਰਮਾ TV ਤੇ ਜੀ ਅੱਜ ਆਪਾਂ ਪੈਂਡਾਲਮ ਵਾਲਾ ਖੜੇ ਆ ਜੀ ਬਾਬਾ ਫਾਰਮ ਤੇ ਖੜੇ ਆ ਜੀ ਤੇ ਬਾਈ ਹੋਰਾਂ ਦਾ ਪੂਰਾ ਤਕੜਾ ਕਾਰੋਬਾਰ ਆ ਜੀ ਆਪਾਂ ਬਾਈ ਜੀ ਹੋਰਾਂ ਨੂੰ ਤੁਹਾਨੂੰ ਮਿਲਾਉਣੇ ਆ ਜੀ ਇਹਨਾਂ ਕੋਲੇ ਜਿਹੜੇ ਪੁਰਾਣੇ ਟਰੈਕਟਰ ਹੈ ਜੀ ਤਿੰਨ ਤਰ੍ਹਾਂ ਦੇ ਤਿੰਨ ਟਰੈਕਟਰ ਆ ਜਿਵੇਂ ਐਚ ਐਮਟੀ ਦਾ ਟਰੈਕਟਰ ਹੈ ਜੀ ਜਿਹੜੇ ਆਪਾਂ ਮੈਂ ਵੀ ਨਹੀਂ ਕਦੇ ਵੇਖੇ ਸੀ ਬਹੁਤੇ ਭਰਾਵਾਂ ਨੇ ਹੋਰ ਵੀ ਨਹੀਂ ਦੇਖੇ ਹੋਣੇ ਜੋ ਇਹਨਾਂ ਨੇ ਸਾਹਮਣੇ ਹੋਏ ਆ ਜੀ ਤੇ ਬਾਈ ਜੀ ਹੋਰਾਂ ਨੂੰ ਤੁਹਾਡੇ ਨਾਲ ਮਿਲਾਉਣੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਦਾ ਤੇ ਬਾਈ ਜੀ ਆਪਣਾ ਸ਼ੋਬ ਨਾਮ ਤੇ ਜੀ ਐਡਰੈਸ ਤੁਸੀਂ ਆਪਣਾ ਦੱਸੋ ਜੀ ਪ੍ਰੋਪਰ ਪਰਮਜੀਤ ਸਿੰਘ ਜੀ ਨਾਮ ਮੇਰਾ ਜੀ ਠੀਕ ਆ ਜੀ ਟੰਡ ਤੇ ਬਾਈ ਜੀ ਆਪਾਂ ਇੰਨੇ ਟਰੈਕਟਰ ਰੱਖੇ ਹੋਏ ਆ ਜੀ ਇਹ ਸ਼ੌਂਕ ਵੀ ਹੈ ਕਿ ਜਾਂ ਆਪਣਾ ਖੇਤੀ ਵੱਡੀ ਹੈ ਜੀ ਆਪਣੀ ਕਿੰਨੇ ਖੇਲਿਆਂ ਦੀ ਖੇਤੀ ਹੈ ਨਹੀਂ ਖੇਤੀ ਤਾਂ ਬਾਈ ਹੈਗੀ 80 ਕਿੱਲਿਆਂ ਦੀ ਠੀਕ ਹੈ ਜੀ ਤੇ ਸ਼ੌਂਕ ਹੀ ਆ ਜਿਆਦਾ ਤਾਂ ਜਿਆਦਾ ਸ਼ੌਂਕ ਹੀ ਆ ਜੀ ਤਾਂ ਹੀ ਜਿਹੜੇ ਉਹ ਇੰਨੇ ਪੁਰਾਣੇ ਟਰੈਕਟਰ ਜਿਹੜੇ ਹਨਾ ਹਾਂ ਇਹ ਪੁਰਾਣੇ ਬਾ ਸ਼ੌਂਕ ਨਾਲ ਹੀ ਰੱਖਿਆ ਬਈ ਠੀਕ ਹੈ ਜੀ ਤੇ ਹੋਰ ਆਪਣਾ ਬਈ ਜੀ ਮੈਂ ਘੋੜੀਆਂ ਦੇਖ ਰਿਆਂ ਜੀ ਘੋੜੀਆਂ ਦਾ ਵੀ ਕੰਮ ਆ ਜੀ ਆ ਘੋੜੀਆਂ ਦਾ ਵੀ ਕੰਮ ਆ ਘੋੜੀਆਂ ਦਾ ਵੀ ਪਹਿਲਾਂ ਸ਼ੁਰੂ ਤੋਂ ਹੀ ਦਾਦਿਆਂ ਲਾ ਕੇ ਹੀ ਆ ਠੀਕ ਹੈ ਜੀ ਹੁਣ ਨਾਮਾਂ ਤੇ ਵੀ ਲੈ ਕੇ ਜਾਂਦੇ ਵੈਸੇ ਕਿ ਨਾਮਾਂ ਤੇ ਜਾਂਦੇ ਆ ਬਈ ਹੁਣ ਸ਼ੋਅ ਹੋਇਆ ਸਾਰੇ ਸ਼ੋਅਾਂ ਚ ਆਪਣੀਆਂ ਹੀ ਘੋੜੀਆਂ ਫਸਟ ਆਈਆਂ ਠੀਕ ਹੈ ਜੀ ਕਿੰਨੇ ਫਸਟ ਸੈਕੰਡ ਥਰਡ ਆਪਣੀਆਂ ਹੀ ਆਉਂਦੀਆਂ ਨੇ ਨੌਕਰੇ ਠੀਕ ਹੈ ਨੌਕਰਿਆਂ ਜੀ ਚੰਗੀਆਂ ਘੋੜ ਤੇ ਬਾਈ ਆਪਣਾ ਇਹ ਜਿਵੇਂ ਹੁਣ 5630 ਜਾਂ 5620 ਟਰੈਕਟਰ ਵੀ ਰੱਖੇ ਹੋਏ ਆ ਤੇ ਇਹ ਫਿਰ ਨਾਲ ਦੇ ਇਹ ਰੱਖਣੇ ਆ ਮਤਲਬ ਬਈ ਜੱਦੀ ਇਹ ਰੱਖਣੇ ਆ ਬਾਈ ਠੀਕ ਹੈ ਜੀ ਹਾਂ ਤੇ ਆਪਾਂ ਦਰਸ਼ਕੋ ਤੁਹਾਨੂੰ ਦਿਖਾਈਏ ਜੀ ਜਿਵੇਂ ਇਹ ਤਾਂ ਹੁਣ ਹੀ ਲੈ ਹੋਣੇ ਤੁਸੀਂ ਹਾਂ ਇਹ ਤਾਂ 2021 ਚ ਲੈ ਆ ਅੱਛਾ ਦੋਨੇ ਇਹ ਜੋੜਾ ਜੀ ਹਾਂ ਇਹ 5630 ਆ ਦੋਸਤੋ ਇਹ 5620 ਇਸ ਨੂੰ ਤਾਂ ਠੱਲਣਾ ਹੀ ਹੈ ਕਰੇ ਅੱਛਾ ਇਹਨੂੰ ਚਲਾਉਣਾ ਹੀ ਨਹੀਂ ਬਸ ਕੰਮ ਲੈਣ ਨੂੰ ਆ ਠੀਕ ਹੈ ਜੀ ਵੀ ਹੋਰ 50 ਸਾਲਾਂ ਨੂੰ ਜਦੋਂ ਆ ਸਾਡਾ ਪੋਤਰਾ ਹੋਊਗਾ ਵੱਡਾ ਉਹ ਸਾਡੇ ਮੇਰੇ ਦਾਦੇ ਨੇ ਲਿਆ ਸੀ ਟਰੈਕਟਰ अच्छा जी ਨਾ ਹੀ ਰੱਖਣਾ ਉਦੋਂ ਟਿੱਕਰ ਠੀਕ ਹੈ ਜੀ ਇਹਦੇ ਤੋਂ ਖੇਤੀ ਦਾ ਕੰਮ ਨਹੀਂ ਲੈਣਾ ਨਾ ਖੇਤੀ ਦਾ ਕੰਮ ਨਹੀਂ ਲੈਣਾ ਠੀਕ ਹੈ ਹੁਣ ਇਹ ਜਿਹੜਾ 56 ਵੀ ਹੈ ਇਹਦੇ ਤੋਂ ਲੈਨੇ ਕੰਮ ਹਾਂ ਇਹਦੇ ਤੋਂ ਲੈਨੇ ਕੰਮ ਠੀਕ ਹੈ ਜੀ ਤੇ ਜਿਹੜਾ ਇਹ ਨਾਲ ਆਪਣਾ ਮੈਸੀ ਆ ਗਿਆ ਇਹ ਕਿੰਨੇ ਸਮੇਂ ਤੋਂ ਤੁਹਾਡੇ ਕੋਲੇ ਇਹ ਜੀ 2000 ਹੈਗਾ 16 ਤੋਂ ਠੀਕ ਹੈ ਜੀ ਤੇ ਇਹ ਐਕਸਪੋਰਟ ਮਾਡਲ ਹੈ ਠੀਕ ਹੈ ਜੀ ਜਿਹੜਾ ਬਾਹਰ ਨੂੰ ਬਾਹਰ ਭੇਜਦੇ ਆ ਇੰਡੀਆ ਚੋਂ ਅੱਛਾ ਜੀ ਉਹ ਟਰੈਕਟਰ ਹੈ 268 ਹੈ ਇਹ ਵੀ 65 ਹਸ ਪਾਵਰ ਹੈ 65 ਹਸ ਪਾਵਰ ਦੇ ਵਿੱਚ ਹੈ ਜੀ ਤੇ ਇਹ ਵੀ ਆਪਣੇ ਵਿਰਲੇ ਵਿਰਲੇ ਹੋਣੇ ਕਿ ਹੈਗਾ ਹਾਂ ਇਹ ਵਿਰਲੇ ਹੀ ਹੈ ਜੀ ਜਿਹੜੇ ਐਕਸਪੋਰਟ ਮਾਡਲ ਹੈ ਉਹ ਹੀ ਹੈ ਠੀਕ ਹੈ ਤੇ ਇਹ ਬਾਈ ਟਰੈਕਟਰ ਕਿਹੜਾ ਆ ਗਿਆ ਜੀ ਇਹ ਆਪਾਂ ਦੇਖੀਏ ਇਹ ਯੂਨੀਵਰਸਲ ਹੈ ਜੀ ਇਹ ਯੂਨੀਵਰਸਲ ਬਾਈ ਜੀ ਇਹ ਨਵਾਂ ਹੀ ਲਿਆ ਸੀ ਜੀ ਅਸੀਂ ਅੱਛਾ ਸ਼ੁਰੂ ਤੋਂ ਹੀ ਅਸੀਂ ਸਾਡੇ ਕੋਲੇ ਹੀ ਹੈ ਠੀਕ ਹੈ ਇਹ ਕਿੰਨੇ ਸਾਲ ਚਲਿਆ ਸੀ ਤੁਸੀਂ ਜੀ ਇਹ 79 ਚ ਲਿਆ ਸੀ 1979 ਚ 1979 ਦੇ ਵਿੱਚ ਇਹ ਟਰੈਕਟਰ ਲਿਆ ਸੀਗਾ ਜੀ ਤੇ ਇਹ ਕਿੰਨੇ ਹਸਪਾਵਰ ਹੁੰਦਾ ਜੀ ਇਹ 45 ਹਸਪਾਵਰ ਹੈ ਜੀ 45 ਹਸ ਪਾਵਰ ਤੇ ਇਹ ਜਿਵੇਂ ਆਪਾਂ ਕਹੀਏ ਵੀ ਹੌਲੈਂਡ ਵਾਲਾ ਸਾਮਾਨ ਆ ਜਾਈਏ ਇਹਦੇ ਚਾਰਾ ਹਾਂ ਸਾਰਾ ਹੌਲੈਂਡ ਵਾਲਾ ਜੀ ਹੌ ਹੌਲੈਂਡ ਬਣਾਏ ਇਹਨੂੰ ਵੇਖ ਕੇ ਨਕਲੇ ਦੀ ਕੀਤੀ ਆ ਹਰੀ ਠੀਕ ਹੈ ਦੇਖ ਸਕਦੇ ਆ ਦੋਸਤੋ ਤੁਸੀਂ ਬਾਕੀ ਟਰੈਕਟਰ ਨੂੰ ਵੀਡੀਓ ਦੇ ਵਿੱਚ ਤੇ ਬਾਈ ਜੀ ਇਹ ਤਾਂ ਜਦੋਂ ਤੁਸੀਂ ਕੰਮ ਲੈਂਦੇ ਸੀ ਇਹਦਾ ਕੋਈ ਡੀਜ਼ਲ ਖਰਚਾ ਕਿੰਨਾ ਸੀ ਬਹੁਤ ਘੱਟ ਹੈ ਜੀ ਇਹਦਾ ਡੀਜ਼ਲ ਖਰਚਾ ਖਚਾਈ ਖਚੋਈ ਜੀ ਖਚਾਈ ਵੀ ਬਹੁਤ ਜ਼ਿਆਦਾ ਜੀ ਅੱਜ ਅੱਜ ਦੇ 45 ਹਸ ਪਾਵਰ ਟਰੈਕਟਰ ਹੈ ਜੀ ਹਾਂਜੀ ਜਿਵੇਂ 855 ਉਹਦੇ ਨਾਲੋਂ ਖਚਾਈ ਜ਼ਿਆਦਾ ਹੈ ਦੀ ਜ਼ਿਆਦਾ ਹੈ ਠੀਕ ਹੈ ਜੀ ਦੇਖ ਸਕਦਾ ਹੋ ਦੋਸਤੋ ਜਿਹੜੀ ਇਹ ਬਲਾਕ ਦੀ ਬੰਤਰ ਆ ਜਾਂ ਉਹੀ ਹਾਲੈਂਡ ਵਾਂਗੂ ਆ ਉਹੀ ਆ ਪੀਟੀਓ ਗੇਰ ਹੋਵੇਂ ਤੇ ਲੈਫਟ ਵਗੈਰਾ ਉਹ ਹਾਲੈਂਡ ਹੀ ਆ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ 13 ਦੇ ਟਾਇਰਾਂ ਦੇ ਵਿੱਚ ਆ ਬਾਈ ਜੀ ਹਾਂ 13 ਦੇ ਟਾਇਰਾਂ ਚ ਠੀਕ ਹੈ ਤੇ ਇਹ ਬਾਈ ਜੀ ਇਹ ਫੀਆਟ ਹੈ ਜੀ ਇਹ 84 ਮਾਡਲ ਹੈ 84 ਮਾਡਲ ਹੈ ਇਹ ਵੀ ਤੁਸੀਂ ਘਰ ਦਾ ਆਪ ਹੀ ਲਿਆ ਸੀ ਹਾਂ ਨਹੀਂ ਇਹ ਸਾਰ ਫਾਰਮ ਚੋਂ ਲिलाਮੀ ਤੇ ਲਿਆ ਸੀ ਠੀਕ ਹੈ ਇਹ ਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਕੋਲ ਜੀ ਇਹ ਨੂੰ ਤਾਂ ਹੋ ਗਏ 90 ਚ ਲਿਆ ਸੀ ਅਸੀਂ ਇਹ ਵੀ 90 ਚ ਲਿਆ ਸੀ ਹਾਂ ਜੀ ਤੇ ਇਹ ਵੀ ਚੰਗਾ ਚੱਲਦਾ ਟਰੈਕਟਰ ਜੀ ਹਾਂ ਇਹ ਵੀ ਬਹੁਤ ਵਧੀਆ ਚੱਲਦਾ ਜੀ ਇਹ ਵੀ ਸਮਝ ਲਓ ਨੂ ਹਾਲੈਂਡ ਹੀ ਨਾਂ ਹੀ ਬਦਲਿਆ ਇਹਦਾ ਇਹ ਵੀ ਨਾਂ ਹੀ ਬਦਲਿਆ ਹਾਂ ਫੀਅਟ ਜਿਹੜਾ ਪਾਕਿਸਤਾਨ ਹਾਂ ਹੁਣ ਇਹਦੀ ਲੈਫਟ ਪਹਿਲਾਂ ਓਨੀ ਕੰਟਰੋਲ ਨਹੀਂ ਸੀ ਨੂ ਹਾਲੈਂਡ ਦੀ ਲਾਈ ਆ ਸੀ ਠੀਕ ਹੈ ਦੇਖ ਸਕਦੇ ਹੋ ਦੋਸਤੋ ਜੀ ਜਿਹੜਾ ਆਪਣਾ ਨੀਲੇ ਢੱਡ ਵਾਲਾ ਬੋਲ ਦਿੰਦੇ 363 ਉਹਦੀ ਲੈਫਟ ਲੱਗੀ ਹੋਈ ਹੈ ਜੀ ਹਾਲੈਂਡ ਦੀ ਤੇ ਹੁਣ ਬਈ ਇਹ ਉਸੇ ਤਰ੍ਹਾਂ ਟੈਕ ਗਈ ਹੋਣੀ ਹੈ ਮਤਲਬ ਜਿਵੇਂ ਕੁਝ ਨਹੀਂ ਬਈ ਸੇਵੀਂ ਚੀਜ਼ ਹੈ ਠੀਕ ਹੈ ਜੀ ਤੇ ਆਹਦੀਆਂ ਗੀਅਰ ਸਪੀਡਾਂ ਦੇਖ ਸਕਦੇ ਹੋ ਤੁਸੀਂ ਇਹਦਾ ਬਈ ਤੀਜਾ ਟਾਪ ਆ ਜੀ ਫਿਰ ਹਾਂ ਤੀਜਾ ਟਾਪ ਆ ਜੀ ਇਹਦਾ ਤੀਜਾ ਟਾਪ ਹੈ ਹਾਂ ਠੀਕ ਹੈ ਇਹ ਇਹ ਕਿੰਨੇ ਹਸ ਪਾਵਰ ਦੇ ਹੁੰਦਾ ਵਿੱਚ ਜੀ ਇਹ 55 ਹਸ ਪਾਵਰ ਦੇ 55 ਹਸ ਪਾਵਰ ਦੇ ਵਿੱਚ ਪਰ ਹੁਣ ਇੰਜਨ ਇਸ ਚ 65 ਹਸ ਪਾਵਰ ਦਾ ਰੱਖਤਾ ਸੀ ਹੁਣ ਤੁਸੀਂ 65 ਹਸ ਪਾਵਰ ਦਾ ਇੰਜਨ ਰੱਖ ਦਿੱਤਾ ਨਵਾਂ ਲਿਆ ਕੇ ਇੰਜਨ ਰੱਖਤਾ ਠੀਕ ਹੈ ਇਹ ਬਈ ਸ਼ੌਕ ਨੂੰ ਰੱਖਿਆ ਵੱਡਾ ਇੰਜਨ ਸ਼ੌਕ ਨੂੰ ਹੀ ਸ਼ੌਕ ਨਾਲ ਅੱਛਾ ਠੀਕ ਹੈ ਕਿਆ ਬਾਤ ਹੈ ਜੀ ਅ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਬਿਲਕੁਲ ਨਵਾਂ ਅਨਕੋਰ 65 ਹਸ ਪਾਵਰ ਦੇ ਵਿੱਚ ਰੱਖਿਆ ਜਿਹੜਾ ਇਹ ਬਈ ਫਿਰ ਇੰਜਨ ਜਦੋਂ ਇਹ ਫੀਅਟ ਦਾ ਹੈ ਕਿੱਥੋਂ ਤੁਸੀਂ ਮੰਗਾਇਆ ਜ ਇਸੇ ਮਾਡਲ ਦਾ ਹੀ ਆ ਜਾਂ ਹੋਰ ਦਾ ਜੀ ਨਹੀਂ ਇਹ ਮਾਡਲ ਹੋ ਰਿਹਾ ਜੀ ਇਹ ਨੂ ਹਾਲੈਂਡ ਕੰਪਨੀ ਚੋਂ ਆਏ ਸੀ ਇੰਜਨ ਠੀਕ ਹੈ ਉਹ ਬਸ ਇਹਦੇ ਵਿੱਚੋਂ ਵੀ ਟਿਕ ਜਾਂਦਾ ਠੀਕ ਹੈ ਆਪਣੇ ਜਿਹੜੇ ਹੁਣ ਜੀ ਇੱਥੇ ਟਰੈਕਟਰ ਚਾਲਦੇ ਆਂ ਇੰਡੀਆ ਦੇ ਵਿੱਚ ਹਾਂ ਇਹ ਹੁਣ ਜਿਵੇਂ 6510 ਹੈ ਹਾਂਜੀ 6510 ਦਾ ਇੰਜਨ ਹੈ ਇਹਦੇ ਵਿੱਚ 6510 ਦਾ ਇੰਜਨ ਹੈ ਠੀਕ ਹੈ ਇਹ ਫੀਅਰਟ 466 ਇਹਦਾ ਜਿਹੜਾ ਮਾਡਲ ਆ ਟਰੈਕਟਰ ਦਾ ਤੇ 6510 ਦਾ ਹੁਣ ਇਹਦੇ ਵਿੱਚ ਇੰਜਨ ਹੈ ਤੇ ਬਈ ਆਹ ਟਰੈਕਟਰ ਵੀ ਮੈਂ ਤਾਂ ਪਹਿਲੀ ਵਾਰ ਹੀ ਦੇਖ ਰਿਆ ਜੀ ਹਾਂ ਇਹ 5030 ਹੈ ਜੀ ਆਤੀ ਇਹ ਵੀ ਇੰਗਲੈਂਡ ਦਾ ਡਾਇਰੈਕਟਰ ਹੈ ਇੰਗਲੈਂਡ ਦਾ ਇਹਨੇ ਨਗਲਾ ਇਹ ਆਪਣੇ ਇੰਡੀਆ ਚ ਹਾਈ ਦੋ ਠੀਕ ਹੈ ਇੱਕ ਤੁਹਾਡੇ ਕੋਲੇ ਹੈ ਜੀ ਤੇ ਇੱਕ ਯੂਪੀ ਜਾ ਉਹਦਾ ਇੱਕ ਯੂਪੀ ਜਾ ਕੀ ਬਾਤ ਹੈ ਜੀ ਆ ਮਿੱਤਰੋ ਟਰੈਕਟਰ ਇੱਕ ਇਥੇ ਆਪਣੇ ਪੰਜਾਬ ਚ ਬਾਈ ਹੋਰਾਂ ਕੋਲੇ ਆਲਮਾਲਾ ਪਿੰਡ ਦੇ ਵਿੱਚ ਬਾਬਾ ਫਾਰਮ ਤੇ ਹੈ ਤੇ ਦੂਜਾ ਯੂਪੀ ਜਾ ਹੋਰ ਕਿਤੇ ਟਰੈਕਟਰ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਇਹ ਵੀ ਬਈ ਰੂਟਰ ਪੰਪ ਦੇ ਵਿੱਚ ਆਉਂਦਾ ਸੀ ਹਾਂ ਰੂਟਰ ਪੰਪ ਜੀ ਤੇ ਇਹ ਕਿੰਨੇ ਹਸਪਾਵਰ ਸੀਗਾ ਜੀ ਇਹ 65 ਹਸਪਾਵਰ ਹੈ ਜੀ ਠੀਕ ਹੈ 65 ਹਸਪਾਵਰ ਦੇ ਵਿੱਚ ਹੈ ਤੇ ਇਹ 18 ਦੇ ਟਾਇਰਾਂ ਨਾਲ ਆਉਂਦਾ ਐ ਮੈਂ ਲਾ 18 18 30 ਠੀਕ ਆ 18 4 30 ਦੇ ਟਾਇਰਾਂ ਦੇ ਵਿੱਚ ਆ ਦੇਖ ਸਕਦੇ ਆ ਜੀ ਇਹਨੂੰ ਟਰੈਕਟਰ ਨੂੰ ਤੁਸੀਂ ਪੂਰੀ ਜਬਰਦਸਤ ਜਿਹੜੀ ਲੱਕ ਪਾਉਂਦਾ ਟਰੈਕਟਰ ਤੇ ਬਈ ਜੀ ਜਿਵੇਂ ਹੁਣ ਆਪਾਂ ਦੇਖੀ ਵੀ ਤੁਹਾਡੇ ਕੋਲੇ ਫੀਅਟ ਜਾਂ ਯੂਨੀਵਰਸਲ ਟਰੈਕਟਰ ਆ ਜਦੋਂ ਇਹਨਾਂ ਦਾ ਕੋਈ ਰਿਪੇਅਰ ਦਾ ਆਉਂਦਾ ਜੀ ਕੋਈ ਪ੍ਰੋਬਲਮ ਆਉਂਦੀ ਤੇ ਇਹਨਾਂ ਦਾ ਸਮਾਨ ਸਮੂਹ ਫਿਰ ਸਮਾਨ ਮਿਲ ਜਾਂਦਾ ਈ ਸਾਰਾ ਠੀਕ ਆ ਜਿਵੇਂ ਉਹ ਯੂਨੀਵਰਸਲ ਦਾ ਹੀ ਮਿਲ ਜਾਂਦਾ ਹੈ ਯੂਨੀਵਰਸਲ ਦਾ ਹੀ 3630 ਵਾਲਾ ਹੀ ਸਮਾਨ ਪੈਂਦਾ ਇਹ ਸਾਰੇ ਉੱਥੇ 3630 ਵਾਲਾ ਹੀ ਪੈਂਦਾ ਹੌਲੈਂਡ ਵਾਲਾ ਜੀ ਹਾਂਜੀ ਠੀਕ ਹੈ ਤੇ ਇਹਨਾਂ ਟਰੈਕਟਰਾਂ ਤੋਂ ਦਾ ਫਿਰ ਤੁਸੀਂ ਹੁਣ ਤਾਂ ਵਿਹਲੇ ਹੀ ਖੜੇ ਆ ਜੀ ਇਹ ਬਸ ਹਾਂ ਵਿਹਲੇ ਹੀ ਖੜੇ ਆ ਜੀ ਹੁੰਦਾ ਸ਼ੌਕ ਨਾਲ ਹੀ ਠੱਲੇ ਆ ਜੀ ਬਸ ਚਾਹੁੰਦੀਆਂ ਕਿਹੜਾ ਕੱਢ ਲਈਦਾ ਕਦੇ ਠੀਕ ਹੈ ਠੀਕ ਹੈ ਜੀ ਕੰਮ ਤਾਂ ਜਿਹੜਾ 1 5520 ਤੋਂ ਲੈਣੇ ਆ ਤੁਸੀਂ ਹਾਂਜੀ ਤੇ ਜਾਂ ਇਹ ਪਾਵਰ ਟਰੈਕ ਤੋਂ ਵੀ ਲੈ ਪਾਵਰ ਟਰੈਕ ਤੋਂ ਤੇ ਮੈਸੀ ਤੋਂ ਠੀਕ ਹੈ ਤਿੰਨਾਂ ਤੋਂ ਵਾਈ ਦਾ ਕੰਮ ਲੈਣੇ ਠੀਕ ਹੈ ਠੀਕ ਹੈ ਜੀ ਤੇ ਬਾਈ ਇਹਦੇ ਬਾਰੇ ਦੱਸਗੇ ਜੀ ਆਪਾਂ 5 ਲੀਟਰ 80 11 ਜਿਹੜਾ ਇਹ ਜਦੋਂ ਬਾਈ ਤੁਸੀਂ ਸਟਾਰਟ ਕਰਿਆ ਜੀ ਐਂ ਲੱਗੇ ਟਰੱਕ ਸਟਾਰਟ ਹੋਇਆ ਹੁੰਦਾ ਹਾਂ ਬੜੀ ਤਗੜੀ ਇਹਨੇ ਆਵਾਜ਼ ਆਦੀ ਜਿਹੜੀ 79 ਮਾਡਲ ਹੈ ਜੀ ਇਹ ਚੈਕੋ ਸਲਵਾਕੀ ਦਾ ਹੈਗਾ ਇਹ ਚੈਕੋ ਸਲਵਾਕੀ ਦਾ ਬਣਿਆ ਹੋਇਆ ਹਾਂ ਹਜੇ ਟਾਇਰ ਵੀ ਇਹਦੇ ਤਾਂ ਨਾਲ ਦੇ ਆ ਮਗਰਲੇ ਅੱਛਾ origignal ਟਾਇਰ ਹੀ ਹੈ ਨਾ origignal ਟਾਇਰ ਹੀ ਹੈ ਕੀ ਬਾਤ ਹੈ ਜੀ ਦੇਖੋ ਇਹ ਸਾਰਾ ਇਹ 250 ਘੰਟਾ ਚੱਲਿਆ ਜੀ ਅੱਛਾ 250 ਘੰਟਾ ਚੱਲਿਆ ਹੋਇਆ ਹੈ ਇਹ ਬਾਈ ਫਿਰ ਤੁਸੀਂ ਕਿੱਥੋਂ ਲਿਆ ਜੀ ਇਹ ਇਹ ਜੀ ਪੰਜੌਰੋਂ ਲਿਆ ਸੀਗਾ ਜੀ ਪੰਜੌਰ ਤੋਂ ਲਿਆ ਸੀ ਉਦੋਂ ਹੀ ਲਿਆ ਸੀ ਜੀ ਨਹੀਂ ਇਹ ਜਦੋਂ ਲਾलाम ਉਹਨਾਂ ਨੇ ਕੀਤੇ ਜੀ ਜਦੋਂ ਐਚ ਐਮਟੀ ਜੀ ਏਜੰਸੀ ਬੰਦ ਹੋ ਗਈ ਨਾ ਉਸ ਤੋਂ ਬਾਅਦ ਇਹ ਲਾलाम ਕਰਤੇ ਸੀ ਉੱਥੇ ਮਤਲਬ ਕਿੰਨੇ ਸਨ ਦਾ ਤੁਹਾਡੇ ਕੋਲੇ ਆ ਜੀ ਹੁਣ ਇਹ ਸਾਡੇ ਕੋਲੇ ਜੀ ਇਹਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਠੀਕ ਆ ਠੀਕ ਆ ਜੀ ਪੰਜੌਰ ਤੋਂ ਲਿਆਂਦਾ ਸੀ ਹਾਂ ਪੰਜੌਰ ਤੋਂ ਲਿਆਂਦਾ ਸੀ ਐਚ ਐਮਟੀ ਦੀ ਜਿਹੜੀ ਕੰਪਨੀ ਜਿਹੜੀ ਬੰਦ ਹੋਈ ਉਥੋਂ ਹਾਂ ਤੁਸੀਂ ਦੇਖ ਸਕਦੇ ਹੋ ਇਹ ਮਾਡਲ ਤੇ ਹੋਵੇ ਸਾਰੇ ਸਟicker ਵਗੈਰਾ ਹਜੇ ਲੱਗੇ ਹੋਏ ਆ ਨੰਬਰ ਪਲੇਟਾਂ ਇੱਕ ਬਾਈ ਜੀ ਦੇ ਗੇਰਾਂ ਬਾਰੇ ਦੱਸਿਓ ਜੀ ਆਪਾਂ ਇਹਦੇ ਗੇਰ ਹੈ ਜੀ 4 ਗੇਰ ਹੈ अच्छा जी लो हाई ਸਨੇ 8 ਹੋ ਜਾਂਦੇ ਆ ਤੇ ਬਾਕੀ ਬੈਕ ਸਾਰੇ ਗੇਰਾਂ ਚ ਚੱਲਦਾ ਠੀਕ ਹੈ ਪਹਿਲੇ ਚ ਵੀ ਬੈਕ ਹੋ ਜਾਂਦਾ ਦੂਜੇ ਚ ਵੀ ਤੀਜੇ ਚ ਵੀ ਚੌਥੇ ਚ ਵੀ ਸਾਰੇ ਬਸ ਇਕੱਲਾ ਲੀਵਰ ਬਦਲਣਾ ਪੈਂਦਾ ਸਾਰੇ ਗੇਰਾਂ ਜਿਵੇਂ ਬੈਕ ਹੋ ਜਾਂਦਾ ਠੀਕ ਹੈ ਇੱਕ ਦੇ ਨਾਲ ਚੇਂਜਰ ਲੱਗਿਆ ਜੀ ਚੇਂਜਰ ਉਹ ਹਰੇਕ ਗੇਅਰ ਚ ਜਦੋਂ ਆਪਾਂ ਤੁਰੇ ਜਾਂਦੇ ਨੂੰ ਭਾਵੇਂ ਸਲੋ ਕਰ ਲਓ ਤੁਰੇ ਜਾਂਦੇ ਨੂੰ ਭਾਵੇਂ ਹਾਈ ਕਰ ਲਓ ਮਤਲਬ ਕੰਬੈਨ ਵਾਲਾ ਸਿਸਟਮ ਕੰਬੈਨ ਵਾਲਾ ਸਿਸਟਮ ਕੀ ਬਾਤ ਹੈ ਜੀ ਦੇਖੋ ਦੋਸਤੋ ਐਡੀ ਤਗੜੀ ਕੰਪਨੀ ਹੈ ਇਹਨੇ ਚੇਂਜਰ ਦਿੱਤਾ ਹੋਇਆ ਹੈ ਤਾਂ ਤੁਸੀਂ ਉੱਪਰ ਤੋਂ ਵੀ ਦੇਖ ਸਕਦੇ ਆ ਟਰੈਕਟਰ ਨੂੰ ਤੇ ਕਮੈਂਡ ਦੀ ਤਰ੍ਹਾਂ ਜਿਹੜੇ ਗੇਅਰ ਚ ਤੁਰਿਆ ਜਾਂਦਾ ਉੱਥੇ ਹੀ ਨੂੰ ਸਲੋ ਕਰਦੇ ਉੱਥੇ ਹੀ ਠਾ ਸਕਦੇ ਆ ਤੇ ਬਾਕੀ ਭਾਈ ਇਹਦਾ ਵਜ਼ਨ ਤਾਂ ਮੈਂ ਤਾਂ ਨਾ ਹੋਣਾ 35 ਕੁਇੰਟ ਲੰਗੂ ਤੁਸੀਂ 35 ਕੁਇੰਟ ਲੰਗੂ ਜਿਆਦਾ ਹੈ ਜੀ ਵਜ਼ਨ ਜਿਆਦਾ ਹੋਊਗਾ 40 ਕੁਇੰਟ ਹੋਊਗਾ ਬੜਾ ਹਾਈਟ ਦੇਖੋ ਤੁਸੀਂ ਟਰੈਕਟਰ ਦੀ 6 ਫੁੱਟ ਕਰਦਾ ਜੀ ਮੇਰਾ ਤੇ ਆ ਦੇਖੋ ਤੁਸੀਂ ਮੇਰੇ ਨਾਲੋਂ ਉੱਚਾ ਇਹ ਬੜਾ ਤਗੜਾ ਟਰੈਕਟਰ ਹੈ ਭਾਈ ਯਾਰ ਤੇ ਇਹਦਾ ਬਾਈ ਯਾਰ ਬਾਈ ਜੀ ਇਹਦੇ ਮਗਰ ਤੁਸੀਂ ਹੁਣ ਵਾਹ ਬੂ ਕੇ ਵੇਖਿਆ ਹੋਣਾ ਵੀ ਮੇਰੇ ਮਗਰ ਅਸੀਂ ਇੱਕ ਵਾਰੀ ਤਵੀਆਂ ਮਾਰੀਆਂ ਜੀ ਇੱਕ ਵਾਰੀ ਮਾਰੀਆਂ ਤਾਂ ਤਵੀਆਂ ਮਾਰਦੇ ਆ ਇੱਕ ਵਾਰੀ ਮਾਰੀਆਂ ਤਵੀਆਂ ਜਿਉਂ ਲਿਆਂਦਾ ਬਸ ਜਿਉਂ ਲਿਆਂਦਾ ਠੀਕ ਹੈ ਇਹਦੇ ਲਿਫਟ ਪੰਪ ਇੱਥੇ ਲੱਗਿਆ ਜੀ ਠੀਕ ਹੈ ਤੇ ਉਹਦਾ ਗੇਅਰ ਨਿਕਲ ਜਾਂਦਾ ਅੱਛਾ ਜੀ ਲਿਫਟ ਪੰਪ ਦਾ ਗੇਅਰ ਅਲੱਗ ਤੋਂ ਲੱਗਦਾ ਹਾਂਜੀ ਆ ਇਹਦਾ ਲਿਫਟ ਪੰਪ ਦਾ ਗੇਅਰ ਆ ਠੀਕ ਹੈ ਜੇ ਨੂੰ ਜੇ ਬੰਦ ਕਰਨੇ ਲਿਫਟ ਪੰਪ ਫਿਰ ਵੀ ਚੱਲਦਾ ਨਹੀਂ ਤਾਂ ਵੀ ਬੰਦ ਹੋ ਜਾਂਦਾ ਜਿਵੇਂ ਬਾਈਲਸ ਦੇ ਹੁੰਦਾ ਸੀ ਠੀਕ ਹੈ ਬਾਈ ਠੀਕ ਹੈ ਜੀ ਤੇ ਇਹ ਕੰਪਰੈਸ਼ਰ ਵੀ ਲੱਗਾ ਹੈ ਇਸ ਦੇ। ਕਿਆ ਬਾਤ ਹੈ ਜੀ। ਦੇਖੋ ਦੋਸਤੋ ਤੁਸੀਂ ਟਰੈਕਟਰ। ਮੈਂ ਤਾਂ ਪਹਿਲੀ ਰੇਡ ਦਾ ਟਰੈਕਟਰ ਦੇਖਿਆ। ਇਹਦੇ ਸੀਟ ਦੇ ਵਿੱਚ ਨਾ ਜੀ ਟਿਊਬ ਸੀਗੀ। ਠੀਕ ਹੈ। ਉਹ ਪਾਟੀ ਸੀ ਅਸੀਂ ਕੱਢਤੀ ਤੇ ਉਹ ਹਵਾ ਨਾਲ ਵਿੱਚ ਉਹ ਹਵਾ ਭਰੀ ਜਾਂਦੀ ਸੀ ਸੀਟ ਦੇ ਤੇ ਉਹ ਜੰਪ ਲੈਂਦੀ ਸੀ। ਜੰਪ ਲੈਂਦੀ ਸੀ। ਇੱਕ ਇਹ ਬਾਈ ਜੀ ਜਿਵੇਂ ਆ ਚੀਜ਼ ਲੱਗੀ ਹੋਈ ਹੈ ਜੀ ਇਹ ਵੀ ਇਹਦੇ ਵਿੱਚ ਸਪਰਿੰਗ ਹੈ ਜੀ। ਸ਼ੁਕਰੀਆ। ਇਹ ਬੁਰਕ ਦਾ ਹੀ ਨਹੀਂ ਟਰੈਕਟਰ। ਗੁੱਪ ਕਿੰਨਾ ਮਰਜੀ ਭਜਾ ਲਓ ਮਗਰੋਂ ਬੁਰਕ ਜੂ ਅੱਗੋਂ ਤਾਂ ਐਂ ਐਂ ਕਰਦਾ। ਅੱਗੇ ਅੱਗੇ ਹੀ ਆਉਂਗਾ ਇਹ। ਹਾਂ ਅੱਗੇ ਅੱਗੇ। ਅਗਲੇ ਹਿੱਸੇ ਤੇ ਸ਼ੌਕਰ ਲੱਗੇ ਹੋਇਆ ਸਸਪੈਂਸ਼ਨ ਲੱਗਾ ਹੋਇਆ ਸੜਕ ਵਗੈਰਾ ਤੇ ਜਾਮਪਾਂ ਜੜੇ ਨੇ ਕਾਰ ਦੀ ਤਰ੍ਹਾਂ ਜਾਂਦਾ ਹੁਣ ਹੈ ਨਾ ਜੀ ਠੀਕ ਹੈ ਤੇ ਆਪਾਂ ਮਗਰ ਤੋਂ ਦੇਖੀਏ ਜੀ ਇਹ ਇਹਦੇ ਟਾਇਰ ਕਿੰਨੇ ਆਉਂਦੇ ਜੀ ਇਹ 18 16 34 ਜੀ 16 34 16 9 ਮਾਡਲ ਹੋ ਰਹੀ ਹੈ ਟਾਇਰਾਂ ਦਾ ਹੈ ਨਾ ਹਾਂਜੀ ਚੈਕੋ ਸਲਵਾਕੀ ਇਹਦੇ ਟਾਇਰ ਹੈ ਜੀ ਠੀਕ ਹੈ ਚੈਕੋ ਸਲਵਾਕੀ ਇਹਦੇ ਟਾਇਰ ਆ ਪਾਲੀ ਚਾਈ ਹੈ ਜੀ ਤੇ ਆ ਵੇਖੋ ਆਹ ਦੇਖੋ ਜੀ ਕੀ ਬਾਤ ਹੈ ਜੀ ਐਡੀ ਅਰੀਜਨਲ ਚੀਜ਼ ਬਾਈ ਹੋਰੀ ਖਜ਼ਾਨਾ ਸਾਹਮਣੇ ਬੈਠੇ ਨੇ ਨਾ ਟਰੈਕਟਰਾਂ ਦਾ ਮੈਨੂੰ ਬੜਾ ਚੰਗਾ ਲੱਗਿਆ ਜੀ। ਇਹ ਦੇਖੋ ਤੁਸੀਂ ਕਿੰਨਾ ਲੋਹਾ ਯਾਰ ਹੈਵੀ ਹੈਵੀ ਲੋਹਾ ਲੱਗਿਆ ਹੋਇਆ ਹੈ। ਕੀ ਬਾਤ ਹੈ। ਲੈਂਕਾਂ ਬਈ ਲੈਂਕਾਂ ਬੜੀਆਂ ਤਕੜੀਆਂ ਹਨਾ। ਦੇਖ ਗਏ ਕਿੰਡੀ ਮੋਟੀ ਲੈਂਕ ਪਈ ਹੈ। ਅੱਗੇ ਪਿੱਛੇ ਵੀ ਹੋ ਜਾਂਦੀਆਂ ਜੀ। ਅੱਛਾ ਐ ਐਡਜਸਟਿਵ ਹੈ। ਬੜਾ ਐਡਜਸਟਿਵ ਹੈ। ਕੀ ਬਾਤ ਹੈ। ਆਹ ਦੇਖੋ ਦੋਸਤੋ ਆਪਸ਼ਨ ਦਿੱਤੀ ਹੋਈ ਹੈ ਜੀ। ਤੇ ਇਹਦੀ ਲੈਫਟ ਕਵੈਸਟੀ ਬਹੁਤ ਹੋਊ ਬਈ ਹਨਾ। ਇਹ ਚੱਕ ਦਿੰਦਾ ਨਾ ਕੋਈ ਮਰਜ਼ੀ ਚੱਕਾ ਲਓ। ਇਹਦੀ ਲੈਫਟ ਕਵੈਸਟੀ ਹੋਊਗੀ ਜੀ ਘਟੋ ਘਟ ਮੈਨੂੰ ਲੱਗਦਾ 3500 केजी 3500 केजी मौज नहीं होगी हां 3500 4000 केजी वांगई होगी ਤੇ ਇਹ ਟਰੈਕਟਰ ਜੀ ਤੁਹਾਨੂੰ ਪਿਛੋਂ ਤੋਂ ਦਿਖਾ ਦਈਆ ਆਪਾਂ ਇਹ ਵੀ ਨਾਲ ਇਹਨੂੰ ओरिजिनल ਉਸੇ ਤਰ੍ਹਾਂ ਦਾ ਆ ओरिजिनल ਉਸੇ ਤਰ੍ਹਾਂ ਹੀ ਆ ਜੀ ਵਾਲਾ ਜੀ ਠੀਕ ਹੈ ਜੀ ਕੀ ਬਾਤ ਹੈ ਜੀ ਤੇ ਆਪਾਂ ਪਾਵਰ ਟਰੈਕ ਬਾਰੇ ਬਈ ਇਹ ਪਾਵਰ ਟਰੈਕ ਦਾ ਕਿਵੇਂ ਸਬਬ ਬਣਿਆ ਜੀ ਫਿਰ ਤੁਹਾਨੂੰ ਪਾਵਰ ਟਰੈਕ ਜੀ ਇਹ ਨਾ ਹੀ ਬਦਲਿਆ ਜੀ ਹੈ ਤਾਂ ਫੋਰਡ ਹੀ ਹੈ ਜੀ ਫੋਰਡ ਹੀ ਹੈ ਪਹਿਲਾਂ ਸਾਡੇ ਕੋਲੇ 7000 ਫੋਰਡ ਹੁੰਦਾ ਸੀਗਾ ਜੀ ਠੀਕ ਹੈ ਜੀ ਉਹਨੂੰ ਵੇਖ ਕੇ ਹੀ ਲਿਆ ਸੀ ਵੀ ਉਹ ਚਾਰ ਸਿਲੰਡਰ ਸੀਗਾ ਇਹਦਾ ਵੀ ਮਗਰਲਾ ਇਸੇ ਉਸੇ ਤਰ੍ਹਾਂ ਹੀ ਪਰ ਹੈ ਥੋੜਾ ਜਿਹਾ ਹੌਲਾ ਉਹਦੇ ਨਾਲ ਠੀਕ ਹੈ ਜੀ ਤੇ ਹੈ ਉਸੇ ਖਚਾਈ ਕੁਝ ਵੀ ਬਹੁਤ ਐਸਟ੍ਰੈਂਟ ਜੀ ਚਾਈ ਬਹੁਤ ਆ ਹਾਂਜੀ ਡੀਜ਼ਲ ਦਾ ਖਰਚਾ ਬਹੁਤ ਘੱਟ ਆ ਠੀਕ ਹੈ ਇਹ ਰਿਪੇਅਰ ਪੂਰ ਹੈ ਜੀ ਇਹਦੀ ਨਾ ਜੀ ਇਸ 14 ਚ ਲਿਆ ਹਜੇ ਕੁਝ ਨਹੀਂ ਹੋਇਆ ਸੀ ਕੁਝ ਨਹੀਂ ਬਹੁਤ ਜਿਆਦਾ ਕੰਮ ਲਿਆ ਤੀਜੀ ਜੋੜੀ ਆ ਟਾਇਰਾਂ ਦੀ ਠੀਕ ਹੈ ਤੀਜੀ ਜੋੜੀ ਆ 14 ਤੋਂ ਬਾਅਦ ਹਾਂਜੀ ਕਿਆ ਬਾਤ ਹੈ ਧਸਿਆ ਵੀ ਬਹੁਤ ਆ ਜਿਹੜਾ ਟਰੈਕਟਰ ਬਾਕੀ ਭਾਈ ਤੁਹਾਡੇ ਦਾ ਚਲਾਉਂਦੇ ਵੀ ਬੰਦੇ ਹੋਣੇ ਹਨਾ ਹਾਂ ਛੇਕੇ ਚਲਾਉਂਦੇ ਹੋਣੇ ਨਹੀਂ ਜਾਦੇ ਵਾਹਣ ਵੀ ਜੰਦਾ ਦਾ ਕੰਮ ਜਿਆਦੇ ਆਪ ਹੀ ਕਰਦੇ ਆ ਠੀਕ ਹੈ ਪਰ ਉਹ ਬੰਦੇ ਇਕੱਲਿਆਂ ਤੋਂ ਫਿਰ ਪੂਰਾ ਨਹੀਂ ਆਈਦਾ ਸਹੀ ਹੈ ਹਾਂ ਵੀ ਨਿੱਕਾ ਮੋਟਾ ਕੰਮ ਕਰਾ ਲੈਂਦੇ ਆ ਹਾਂ ਸਹੀ ਹੈ ਇਹ ਟਰੈਕਟਰ ਦੇਖ ਸਕਦੇ ਆ ਦੋਸਤੋ ਤੁਸੀਂ ਕੋੜੇ ਵਰਗਾ ਟਰੈਕਟਰ ਠੀਕ ਹੈ ਜੀ ਚਲੋ ਠੀਕ ਹੈ ਭਾਈ ਜੀ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਜੀ ਤੇ ਹਾਂ ਭਾਈ ਆਪਣਾ ਨਾਮ ਕੀ ਹੈ ਜੀ ਗੁਰਹੇਤ ਗੁਰਹੇਤ ਤੂੰ ਵੀ YouTube ਚ ਚਲਾਉਣਾ ਮੈਂ ਸੁਣਿਆ ਹੂੰ ਕੀ ਨਾਮ ਤੇਰੇ ਚੈਨਲ ਦਾ ਦੱਸ ਆਪਾਂ ਬੈਠ ਗੁਰਹੇਤ ਗੇਮਿੰਗ ਠੀਕ ਹੈ ਕਾਹਦੀਆਂ ਵੀਡੀਓ ਪਾਉਣਾ ਹੁੰਦਾ ਥੇ ਮੈਂ ਗੇਮਿੰਗ ਦੀ ਵੀਡੀਓ ਪਾਉਂਦਾ ਟਰੈਕਟਰ ਦਾ ਵੀ ਸ਼ੌਕ ਹੈਗਾ ਟਰੈਕਟਰ ਰੱਖਨੇ ਆ ਹੈਗਾ ਸੰਭਾਲ ਕੇ ਆਈ ਜਿਵੇਂ ਦਾਦੂ ਨੇ ਰੱਖਿਆ ਤੁਹਾਡੇ ਨੇ ਰੱਖਨੇ ਆ ਠੀਕ ਹੈ ਚਲੋ ਵਧੀਆ ਗੱਲ ਹੈ ਠੀਕ ਹੈ ਜੀ ਠੀਕ ਹੈ ਦੋਸਤੋ ਵੀਡੀਓ ਕਿਦਾਂ ਦੀ ਲੱਗੀ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ